ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਕਿਵੇਂ ਹੋਈ ਅਤੇ 1 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਕੀ ਕੁਝ ਹੋਇਆ ਸੀ, ਭਾਈ ਮਹਿੰਗਾ ਸਿੰਘ ਜੀ ਦੀ ਸ਼ਹਾਦਤ ਕਿਵੇਂ ਹੋਈ, 1 ਜੂਨ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਜਰਨੈਲ ਸੁਭੇਗ ਸਿੰਘ ਜੀ ਕਿੱਥੇ ਸੀ, 1 ਜੂਨ ਨੂੰ ਸ਼੍ਰੋਮਣੀ ਕਮੇਟੀ ਦਾ ਕੀ ਸਟੈਂਡ ਸੀ, 1 ਜੂਨ 1984 ਦਾ ਪੂਰਾ ਇਤਿਹਾਸ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ। 1 ਤੋਂ 10 ਜੂਨ ਦੇ ਇਤਿਹਾਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਸੀਰੀਜ਼ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਪੂਰੀ ਡਿਟੇਲ ਵਿੱਚ ਜਾਣਕਾਰੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਸੋ ਚਲੋ ਇਸ ਸੀਰੀਜ਼ ਦੀ ਪਹਿਲੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਡਾਇਰੀ ਦੇ ਪੰਨੇ ਨਾਮ ਦੀ ਕਿਤਾਬ ਵਿੱਚ ਸਰਦਾਰ ਹਰਵੀਰ ਸਿੰਘ ਪਵਰ ਲਿਖਦੇ ਆ ਕਿ 1 ਜੂਨ 1984 ਨੂੰ CRPF ਅਤੇ BSF ਭਾਵ ਫੌਜੀ ਦਲਾਂ ਨੇ ਦਰਬਾਰ ਸਾਹਿਬ ਕੰਪਲੈਕਸ ਉੱਪਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਇਹ ਫਾਇਰਿੰਗ 12:40 ਤੇ ਸ਼ੁਰੂ ਹੋਈ ਸੀ ਤੇ ਰਾਤ ਦੇ ਤਕਰੀਬਨ 8 ਵਜੇ ਤੱਕ ਰੁਕਵੀਂ ਤੇ ਕਦੀ ਲਗਾਤਾਰ ਫਾਇਰਿੰਗ ਹੋ ਰਹੀ ਸੀ। ਇਹ ਫਾਇਰਿੰਗ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਣੀਆਂ ਉੱਚੀਆਂ ਇਮਾਰਤਾਂ ਤੋਂ ਕੀਤੀ ਜਾ ਰਹੀ ਸੀ। 1 ਜੂਨ ਨੂੰ ਜਿਸ ਫੌਜੀ ਅਫਸਰ ਦੀ ਅਗਵਾਈ ਵਿੱਚ ਇਹ ਗੋਲੀਬਾਰੀ ਹੋਈ ਉਸ ਅਫਸਰ ਦਾ ਨਾਮ ਸੀ ਮਿਸਟਰ ਤਿਵਾੜੀ। ਇਸ 1 ਜੂਨ ਦੀ ਫਾਇਰਿੰਗ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬਣੇ ਸਿੰਘਾਂ ਦੇ ਕਿਸੇ ਵੀ ਮੋਰਚੇ ਨੇ ਇਸ ਗੋਲੀਬਾਰੀ ਦਾ ਅੱਗੋਂ ਜਵਾਬ ਨਹੀਂ ਸੀ ਦਿੱਤਾ। ਇਸ 1 ਜੂਨ ਨੂੰ ਜੋ ਹਥਿਆਰ ਵਰਤੇ ਜਾ ਰਹੇ ਸੀ ਉਹ ਸੀ 315 ਬੋਰ LMG 7.62 ਮੀਡੀਅਮ ਮਸ਼ੀਨ ਗਨ, ਅਤੇ ਇਸ ਕਿਤਾਬ ਵਿੱਚ ਤਾਂ ਇਹ ਵੀ ਲਿਖਿਆ ਮਿਲਦਾ ਹੈ ਕਿ ਇਸ ਦਿਨ 2 ਮੋਰਟਾਰ ਵੀ ਵਰਤੇ ਗਏ ਸੀ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਵੱਡੇ ਰੂਪ ਵਿੱਚ ਪਹਿਲੇ ਦਿਨ ਫਾਇਰਿੰਗ ਕੀਤੀ ਗਈ ਸੀ। ਕਈ ਯੁੱਧਾਂ ਦੇ ਜਾਣੂ ਦੱਸਦੇ ਆ ਕਿ ਇਹ ਫਾਇਰਿੰਗ ਫੌਜੀਆਂ ਵੱਲੋਂ ਇਸ ਲਈ ਕੀਤੀ ਗਈ ਸੀ ਤਾਂ ਜੋ ਸਿੰਘਾਂ ਵੱਲੋਂ ਜਦੋਂ ਇਸ ਫਾਇਰਿੰਗ ਦਾ ਜਵਾਬ ਦਿੱਤਾ ਜਾਏ ਤਾਂ ਫੌਜ ਨੂੰ ਪਤਾ ਲੱਗ ਸਕੇ ਕਿ ਸਿੰਘਾਂ ਕੋਲ ਕਿਹੜੇ ਹਥਿਆਰ ਹਨ ਅਤੇ ਉਹਨਾਂ ਦੇ ਮੋਰਚੇ ਕਿੱਥੇ ਆ। ਸੋ ਇਹ ਤਾਂ ਸੀ ਫੌਜ ਦੀ ਕਾਰਵਾਈ। ਹੁਣ ਗੱਲ ਕਰਦੇ ਹਾਂ ਕਿ ਉਸ ਸਮੇਂ ਸਿੰਘਾਂ ਦੀ ਕੀ ਕਾਰਵਾਈ ਸੀ। ਇਸ ਬਾਰੇ ਹਰਵੀਰ ਸਿੰਘ ਭਵਰ ਆਪਣੀ ਕਿਤਾਬ ਡਾਇਰੀ ਦੇ ਪੰਨੇ ਵਿੱਚ ਲਿਖਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੰਦਰੋਂ ਜਦੋਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆਂ ਆਉਂਦੇ ਆ ਤਾਂ ਉਹਨਾਂ ਕੋਲੋਂ ਜਦੋਂ ਫੌਜ ਦੀ ਕਾਰਵਾਈ ਬਾਰੇ ਪੁੱਛਿਆ ਜਾਂਦਾ ਤਾਂ ਅੱਗਿਓਂ ਉਹ ਜਵਾਬ ਦਿੰਦੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਦਿਨ 4 ਵਾਰ ਕਾਲ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਮਿਲਿਆ। ਜਦੋਂ ਉਹਨਾਂ ਨੂੰ ਪਹਿਲੀ ਕਾਲ ਕੀਤੀ ਗਈ ਤਾਂ ਕਿਹਾ ਗਿਆ ਕਿ ਰਾਸ਼ਟਰਪਤੀ ਬੈਡਰੂਮ ਵਿੱਚ ਨੇ, ਦੂਜੀ ਕਾਲ ਵਾਰ ਕਿਹਾ ਗਿਆ ਕਿ ਉਹ ਬਾਥਰੂਮ ਵਿੱਚ ਨੇ, ਤੇ 3ਰੀ ਵਾਰ ਕਾਲ ਕਰਨ ਤੇ ਕਿਹਾ ਗਿਆ ਕਿ ਉਹ ਕਿਸੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਚਲੇ ਗਏ ਨੇ, ਤੇ ਜਦੋਂ 4ਥੀ ਤੇ ਆਖਰੀ ਕਾਲ ਕੀਤੀ ਗਈ ਤਾਂ ਉਸ ਸਮੇਂ ਰਾਸ਼ਟਰਪਤੀ ਦੇ ਨਿੱਜੀ ਸਕੱਤਰ ਦੇਵਕੀ ਨੰਦਨ ਨੇ ਕਿਹਾ ਕਿ ਜਦੋਂ ਉਹ ਸਮਾਗਮ ਤੋਂ ਵਾਪਸ ਆਉਣਗੇ ਤਾਂ ਤੁਹਾਡਾ ਸੁਨੇਹਾ ਉਹਨਾਂ ਤੱਕ ਭੇਜ ਦਿੱਤਾ ਜਾਏਗਾ। ਸੋ ਇਹ ਤਾਂ ਸੀ ਉਸ ਦਿਨ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਸੀ। ਹੁਣ ਅੱਗੇ ਗੱਲ ਕਰਦੇ ਹਾਂ ਕਿ ਉਸ ਸਮੇਂ ਬਾਕੀ ਦੇ ਸਿੰਘਾਂ ਦੇ ਮੋਰਚਿਆਂ ਦਾ ਕੀ ਹਾਲ ਸੀ। 1 ਜੂਨ ਤੱਕ ਵੀ ਸਿੰਘ ਆਪਣੇ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਲੱਗੇ ਹੋਏ ਸੀ। BBC ਦੇ ਇੱਕ ਆਰਟੀਕਲ ਦੇ ਮੁਤਾਬਿਕ ਇੱਕ ਸਿੱਖ ਸ਼ਰਧਾਲੂ ਜਦੋਂ 1 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਖੇ ਪਹੁੰਚਦਾ ਤਾਂ ਉਹ ਦੱਸਦਾ ਹੈ ਕਿ ਕੰਪਲੈਕਸ ਦੇ ਅੰਦਰ ਆਮ ਸੰਗਤਾਂ ਦੇ ਵਿਚਕਾਰ ਹੀ ਖਾੜਕੂ ਸਿੰਘ ਦੇਖੇ ਜਾ ਸਕਦੇ ਸੀ ਜਿਨ੍ਹਾਂ ਕੋਲ ਹਥਿਆਰ ਵੀ ਸੀ। ਉਹਨਾਂ ਦੇ ਚਿਹਰਿਆਂ ਉੱਪਰ ਕਿਸੇ ਕਿਸਮ ਦਾ ਕੋਈ ਖੌਫ ਜਾਂ ਡਰ ਨਹੀਂ ਸੀ। ਕੁਝ ਸੰਗਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਦੁਆਲੇ ਬਣੀਆਂ ਛੱਤਾਂ ਉੱਪਰ ਸਿੰਘਾਂ ਦੇ ਜੋ ਮੋਰਚੇ ਬਣੇ ਹੋਏ ਸੀ ਉਹਨਾਂ ਤੱਕ ਇੱਟਾਂ ਤੇ ਮਿੱਟੀ ਪਹੁੰਚਾ ਰਹੀਆਂ ਸੀ। ਇਹਨਾਂ ਇੱਟਾਂ ਦੇ ਨਾਲ ਮੋਰਚਿਆਂ ਨੂੰ ਹੋਰ ਵੀ ਪੱਕਾ ਕੀਤਾ ਜਾ ਰਿਹਾ ਸੀ। ਇੱਟਾਂ ਦੇ ਨਾਲ ਨਾਲ ਮਿੱਟੀ ਦੇ ਭਰੇ ਹੋਏ ਬੋਰੇ ਵੀ ਲਗਾਏ ਜਾ ਰਹੇ ਸੀ। ਹਰ ਮੋਰਚੇ ਕੋਲ ਲੰਗਰ ਵੀ ਪਹੁੰਚਦਾ ਕੀਤਾ ਜਾ ਰਿਹਾ ਸੀ। ਇਸ ਦਿਨ ਰੋਕ ਰੋਕ ਕੇ ਫੌਜ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਸੀ ਪਰ ਸੰਗਤਾਂ ਵਿੱਚ ਉਸ ਸਮੇਂ ਤੱਕ ਇਸ ਦਾ ਕੋਈ ਵੀ ਡਰ ਨਹੀਂ ਸੀ ਦਿਖ ਰਿਹਾ। ਇਸੇ ਹੀ ਦਿਨ 1 ਜੂਨ ਨੂੰ ਇੱਕ ਸ਼ਹਾਦਤ ਵੀ ਹੁੰਦੀ ਹੈ ਜੋ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਸਰਦਾਰ ਕੁਲਵੰਤ ਸਿੰਘ ਜਗਾਦਰੀ ਸੀ ਜਿਨ੍ਹਾਂ ਨੂੰ ਅਸੀਂ ਮਹਿੰਗਾ ਸਿੰਘ ਬੱਬਰ ਦੇ ਨਾਮ ਨਾਲ ਵੀ ਜਾਣਦੇ ਹਾਂ। ਜੇਕਰ ਇੱਥੇ ਮਹਿੰਗਾ ਸਿੰਘ ਜੀ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 1957 ਵਿੱਚ ਸ਼ਹਿਰ ਜਗਾਦਰੀ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਪ੍ਰਤਾਪ ਸਿੰਘ ਜੀ ਤੇ ਮਾਤਾ ਦਾ ਨਾਮ ਬੀਬੀ ਜਸਵੰਤ ਕੌਰ ਸੀ। ਪਹਿਲਾਂ ਇਹ ਅਖੰਡ ਕੀਰਤਨੀ ਜਥੇ ਵਿੱਚ ਸ਼ਾਮਲ ਹੋਏ। ਪਿੰਡਾਂ ਵਿੱਚ ਜੋ ਅਖੰਡ ਕੀਰਤਨੀ ਜਥੇ ਦੀ ਵਹੀਰ ਜਾਂਦੀ ਸੀ ਉਸ ਨਾਲ ਇਹ ਪਿੰਡਾਂ ਵਿੱਚ ਜਾਇਆ ਕਰਦੇ ਸੀ।
ਜਦੋਂ ਭਾਈ ਫੌਜਾ ਸਿੰਘ ਦੀ ਸ਼ਹਾਦਤ ਹੁੰਦੀ ਹੈ ਤਾਂ ਭਾਈ ਮਹਿੰਗਾ ਸਿੰਘ ਵੀ ਸ਼ਸਤਰਧਾਰੀ ਸਿੰਘ ਹੋਣ ਲਈ ਬੱਬਰ ਖਾਲਸਾ ਵਿੱਚ ਸ਼ਾਮਲ ਹੋ ਜਾਂਦੇ ਆ। ਇਹਨਾਂ ਦੇ ਬੱਬਰ ਖਾਲਸਾ ਦੇ ਮੋਢੀ ਸਿੰਘਾਂ ਨਾਲ ਕਾਫੀ ਚੰਗੇ ਸੰਬੰਧ ਸੀ। ਗੁਰੂ ਸਾਹਿਬ ਨਾਲ ਉਹ ਇੰਨੇ ਜ਼ਿਆਦਾ ਜੁੜੇ ਹੋਏ ਸੀ ਜਿਸਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਇੱਕ ਦਿਨ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਜਦੋਂ ਵਾਪਸ ਆ ਰਹੇ ਸੀ ਤਾਂ ਉੱਥੇ ਇਹਨਾਂ ਨੇ ਇਹ ਅਰਦਾਸ ਕੀਤੀ ਕਿ ਮੇਰੀ ਝੋਲੀ ਵਿੱਚ ਸ਼ਹਾਦਤ ਦੀ ਦਾਤ ਪਾ ਦਿਓ। ਸੋ ਜਦੋਂ 1 ਜੂਨ ਨੂੰ CRPF ਵੱਲੋਂ ਜਦੋਂ ਉੱਚੀਆਂ ਇਮਾਰਤਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਸੀ, ਇਹਨਾਂ ਦਾ ਮੁਕਾਬਲਾ ਕਰਨ ਲਈ ਭਾਈ ਮਹਿੰਗਾ ਸਿੰਘ ਨੇ ਬਾਬਾ ਅਟਲ ਰਾਏ ਜੀ ਦੀ 9ਵੀਂ ਮੰਜ਼ਿਲ ਤੋਂ CRPF ਦੀ ਦਰਬਾਰ ਸਾਹਿਬ ਕੰਪਲੈਕਸ ਵੱਲ ਕੀਤੀ ਜਾਂਦੀ ਗੋਲੀਬਾਰੀ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਭਾਈ ਮਹਿੰਗਾ ਸਿੰਘ ਜੀ ਕੋਲ ਇੱਕ ਵਾਕੀ ਟੋਕੀ ਸੀ ਜਿਸ ਨਾਲ ਉਹ ਬਾਕੀ ਸਿੰਘਾਂ ਦੇ ਨਾਲ ਸੰਪਰਕ ਵਿੱਚ ਸੀ। CRPF ਦੇ ਮੋਰਚਿਆਂ ਉੱਪਰ ਫਾਇਰਿੰਗ ਕਰਦੇ ਹੋਏ ਜਦੋਂ ਉਹ ਦੇਖਣ ਲਈ ਉੱਪਰ ਨੂੰ ਹੁੰਦੇ ਆ ਤਾਂ ਉਹਨਾਂ ਨੂੰ ਇੱਕ ਫੌਜ ਦਾ ਬ੍ਰਸ਼ ਲੱਗਦਾ। ਕੁਝ ਸਰੋਤਾਂ 'ਚ ਲਿਖਿਆ ਮਿਲਦਾ ਕਿ ਇਸ ਦੌਰਾਨ ਭਾਈ ਮਹਿੰਗਾ ਸਿੰਘ ਜੀ ਕਾਫੀ ਗੰਭੀਰ ਜ਼ਖਮੀ ਹੋ ਗਏ ਸੀ। ਫਿਰ ਸਰਦਾਰ ਮਨਮੋਹਨ ਸਿੰਘ ਫੌਜੀ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਬਾਬਾ ਅਟਲ ਰਾਏ ਜੀ ਦੀ 9ਵੀਂ ਮੰਜ਼ਿਲ ਤੋਂ ਉਤਾਰ ਕੇ ਹੇਠਾਂ ਲਿਆਏ, ਜਿੱਥੇ ਫਿਰ ਉਹਨਾਂ ਨੂੰ ਗੁਰੂ ਨਾਨਕ ਨਿਵਾਸ ਦੀ 34ਵੀਂ ਮੰਜ਼ਿਲ ਉੱਪਰ 45 ਨੰਬਰ ਕਮਰੇ ਦੇ ਕੋਲ ਲਿਆਂਦਾ ਗਿਆ। ਸੋ ਇਸ ਤਰ੍ਹਾਂ ਭਾਈ ਮਹਿੰਗਾ ਸਿੰਘ ਜੀ 1 ਜੂਨ ਨੂੰ ਸ਼ਹਾਦਤ ਪ੍ਰਾਪਤ ਕਰ ਗਏ। ਹੁਣ ਗੱਲ ਕਰਦੇ ਹਾਂ ਕਿ 1 ਜੂਨ ਨੂੰ ਸੰਤ ਜਰਨੈਲ ਸਿੰਘ ਜੀ ਕਿੱਥੇ ਸੀ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਲੰਗਰ ਹਾਲ ਦੀ ਇਮਾਰਤ ਉੱਪਰ ਸੰਗਤਾਂ ਨੂੰ ਅਤੇ ਬਾਕੀ ਸਿੰਘਾਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਵਾਲੇ ਸਾਈਡ ਆਉਂਦੇ ਆ ਜਿੱਥੇ ਉਹਨਾਂ ਦੀ ਰਿਹਾਇਸ਼ ਹੁੰਦੀ ਸੀ। ਉਸ ਸਮੇਂ ਉਹਨਾਂ ਦੇ ਨਾਲ ਜਨਰਲ ਸੁਬੇਗ ਸਿੰਘ ਜੀ, ਸਰਦਾਰ ਰਛਪਾਲ ਸਿੰਘ, ਸਰਦਾਰ ਸੁਜਾਨ ਸਿੰਘ ਮਨਾਵਾ ਅਤੇ ਫੈਡਰੇਸ਼ਨ ਦੇ ਹੋਰ ਵੀ ਕਾਫੀ ਸਿੰਘ ਸੀ। ਇੱਥੇ ਸੰਤ ਜੀ ਸਿੰਘਾਂ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਨੇ ਕਿ ਸਿੰਘੋ ਹੁਣ ਪਰਖ ਦਾ ਸਮਾਂ ਆ ਗਿਆ ਹੈ, ਹੁਣ ਸਾਰਿਆਂ ਨੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਵੱਧ ਤੋਂ ਵੱਧ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਇਸ ਲਈ ਗੁਰੂ ਘਰ ਦੀ ਪਵਿੱਤਰਤਾ ਤੇ ਪੰਥ ਦੀ ਆਣ ਬਾਣ ਸ਼ਾਨ ਨਾਲੋਂ ਜਾਨ ਨੂੰ ਕੀਮਤੀ ਨਹੀਂ ਸਮਝਣਾ, ਦੁਸ਼ਟਾਂ ਨੂੰ ਪਰਕਰਮਾ ਵੱਲ ਅੱਗੇ ਵਧਣ ਨਹੀਂ ਦੇਣਾ। ਇਹ ਜੋ ਸੀਸ ਮੋਢਿਆਂ 'ਤੇ ਅਸੀਂ ਚੁੱਕੀ ਫਿਰਦੇ ਹਾਂ ਇਹ ਗੁਰੂ ਘਰ ਦੀ ਅਮਾਨਤ ਹੈ। ਸੋ ਇਸ ਤਰ੍ਹਾਂ ਸੰਤ ਜੀ ਆਪਣੇ ਨਾਲ ਦੇ ਯੋਧੇ ਜੁਝਾਰੂਆਂ ਨੂੰ ਤਿਆਰ ਕਰ ਰਹੇ ਸੀ। ਇਸ ਸਮੇਂ ਜਨਰਲ ਸੁਬੇਗ ਸਿੰਘ ਜੀ ਨੇ ਸਖ਼ਤ ਸ਼ਬਦਾਂ ਵਿੱਚ ਹਦਾਇਤ ਦਿੱਤੀ ਸੀ ਕਿ ਕਿਸੇ ਵੀ ਸਿੰਘ ਨੇ ਬਿਨਾਂ ਮਤਲਬ ਤੋਂ ਕੰਪਲੈਕਸ ਦੇ ਅੰਦਰ ਇੱਧਰ ਉੱਧਰ ਨਹੀਂ ਘੁੰਮਣਾ, ਆਪਣੇ ਮੋਰਚਿਆਂ ਦੇ ਅੰਦਰ ਤਿਆਰ ਬਰ ਤਿਆਰ ਰਹਿਣਾ। ਟੈਂਕੀ ਵਾਲੇ ਮੋਰਚੇ ਉੱਪਰ ਜ਼ਰਾ ਜਿਗਰੇ ਵਾਲੇ ਜਵਾਨ ਬਿਠਾਉਣੇ ਨੇ, ਇਹਨਾਂ ਨੂੰ ਢਾਹ ਨਹੀਂ ਲਗਾਈ ਜਾ ਸਕਦੀ, ਇਸ ਲਈ ਇਸ ਮੋਰਚੇ ਤੋਂ ਵੱਧ ਫਾਇਦਾ ਉਠਾਉਣਾ। ਮੈਨੂੰ ਆਪਣੇ ਫੌਜੀ ਤਜਰਬੇ ਪੱਖੋਂ ਇਹ ਲੱਗਦਾ ਹੈ ਕਿ ਭਾਰਤ ਸਰਕਾਰ ਹੁਣ ਛੇਤੀ ਹੀ ਸਾਡੇ ਉੱਪਰ ਪੂਰੀ ਤਾਕਤ ਨਾਲ ਹਮਲਾ ਕਰ ਦੇਵੇਗੀ। ਜਿਸ ਹਿਸਾਬ ਨਾਲ ਫੌਜ ਨੇ ਕਾਰਵਾਈ ਕੀਤੀ ਹੈ ਕੁਝ ਨਾ ਕੁਝ ਜਲਦੀ ਹੋਣ ਵਾਲਾ ਹੈ, ਇਸ ਲਈ ਇੱਕ ਵੀ ਗੋਲੀ ਅਜਾਈ ਨਾ ਗਵਾਈ ਜਾਵੇ ਅਤੇ ਜੋ ਪਰਿਸਰ ਵਾਲੇ ਪਾਸਿਓਂ ਫੌਜ ਗੋਲੀਬਾਰੀ ਕਰ ਰਹੀ ਆ ਇਹਦਾ ਜਵਾਬ ਨਾ ਦਿੱਤਾ ਜਾਵੇ, ਕਿਉਂਕਿ ਫੌਜ ਸਾਡੀ ਪੋਜੀਸ਼ਨ ਨੂੰ ਦੇਖਣ ਲਈ ਜਾਂ ਹਥਿਆਰਾਂ ਨੂੰ ਪਛਾਣਨ ਲਈ ਇਹ ਫਾਇਰਿੰਗ ਕਰ ਰਹੀ ਆ। ਇਸੇ ਦਿਨ ਹੀ ਭਾਈ ਰਾਮ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ ਜੋ ਦਮਦਮੀ ਟਕਸਾਲ ਨਾਲ ਸੰਬੰਧਿਤ ਸੀ। ਸੋ ਇਹ ਸੀ 1 ਜੂਨ 1984 ਦਾ ਇਤਿਹਾਸ। ਅਗਲੀ ਵੀਡੀਓ ਹੁਣ 2 ਜੂਨ 1984 ਨਾਲ ਸੰਬੰਧਿਤ ਹੋਏਗੀ, ਉਸ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਵੀਡੀਓ ਬਾਰੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਜ਼ਰੂਰ ਲਿਖਿਓ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਧੰਨਵਾਦ।